ਦੁਨੀਆ ਭਰ ਵਿੱਚ ਕੋਰੋਨਾ ਵਾਇਰਸ ਦੇ ਨਵੇਂ ਵੈਰੀਐਂਟ ਨੂੰ ਲੈ ਕੇ ਚਿੰਤਾ ਜਤਾਈ ਜਾ ਰਹੀ ਹੈ। ਇਸ ਨੂੰ ਹੁਣ ਤੱਕ ਦਾ ਸਭ ਤੋਂ ਜ਼ਿਆਦਾ ਮਿਊਟੇਸ਼ਨ ਵਾਲਾ ਵੈਰੀਐਂਟ ਦੱਸਿਆ ਜਾ ਰਿਹਾ ਹੈ। ਇਸ ਵਿੱਚ ਇੰਨੇ ਜ਼ਿਆਦਾ ਮਿਊਟੇਸ਼ਨ ਨੇ ਕਿ ਇਸ ਨੂੰ ਇੱਕ ਵਿਗਿਆਨੀ ਨੇ ਡਰਾਉਣਾ ਕਿਹਾ। ਮਿਊਟੇਸ਼ਨ ਦਾ ਮਤਲਬ ਵਾਇਰਸ ਦਾ ਰੂਪ ਬਦਲਣਾ, ਅਤੇ ਦੂਜੇ ਵਿਗਿਆਨੀ ਨੇ ਇਸ ਨੂੰ ਹੁਣ ਤੱਕ ਦਾ ਸਭ ਤੋਂ ਖਰਾਬ ਵੈਰੀਐਂਟ ਕਿਹਾ। WHO ਨੇ ਕੋਰੋਨਾ ਵਾਇਰਸ ਦੇ ਇਸ ਨਵੇਂ ਵੇਰੀਐਂਟ ਨੂੰ ਲੈ ਕੇ ਚਿੰਤਾ ਜ਼ਾਹਿਰ ਕੀਤੀ ਹੈ। ਵਿਸ਼ਵ ਸਿਹਤ ਸੰਗਠਨ ਨੇ ਇਸ ਨਵੇਂ ਵੇਰੀਐਂਟ ਨੂੰ ਓਮੀਕ੍ਰੋਨ ਨਾਮ ਦਿੱਤਾ ਹੈ। WHO ਨੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਇਹ ਕਾਫ਼ੀ ਤੇਜ਼ੀ ਨਾਲ ਅਤੇ ਵੱਡੀ ਗਿਣਤੀ ਵਿੱਚ ਮਿਊਟੇਟ ਹੋਣ ਵਾਲਾ ਵੇਰੀਐਂਟ ਹੈ, ਅਤੇ ਜੋ ਸ਼ੁਰੂਆਤੀ ਸਬੂਤ ਮਿਲੇ ਨੇ ਉਸ ਦੇ ਆਧਾਰ 'ਤੇ ਕਿਹਾ ਜਾ ਸਕਦਾ ਹੈ ਕਿ ਇਸ ਨਾਲ ਲਾਗ ਦਾ ਖਤਰਾ ਵਧਿਆ। WHO ਨੇ ਇਸ ਵੇਰੀਐਂਟ ਦੇ ਪਹਿਲੇ ਮਾਮਲੇ ਦੀ ਜਾਣਕਾਰੀ 24 ਨਵੰਬਰ ਨੂੰ ਦੱਖਣੀ ਅਫਰੀਕਾ ਵਿੱਚ ਮਿਲੀ ਸੀ। ਇਸ ਦੇ ਸਾਹਮਣੇ ਆਉਣ ਤੋਂ ਬਾਅਦ ਸਵਾਲ ਉੱਠਣ ਲੱਗੇ ਨੇ ਕਿ ਇਸ ਨਵੇਂ ਵੇਰੀਐਂਟ ਨਾਲ ਲਾਗ ਦਾ ਕਿੰਨਾ ਡਰ ਹੈ, ਵੈਕਸੀਨ ਦੇ ਬਾਵਜੂਦ ਵੀ ਇਹ ਕਿੰਨੀ ਤੇਜ਼ੀ ਨਾਲ ਫੈਲ ਸਕਦਾ ਹੈ, ਅਤੇ ਇਸ ਨੂੰ ਲੈ ਕੇ ਕੀ ਕਰਨਾ ਚਾਹੀਦਾ ਹੈ। ਫਿਲਹਾਲ ਇਸ ਨੂੰ ਲੈ ਕੇ ਕਈ ਕਿਆਸ ਰਾਹੀਆਂ ਨੇ, ਹਾਲੇ ਤੱਕ ਕੁਝ ਹੀ ਸਵਾਲਾਂ ਦੇ ਜਵਾਬ ਮਿਲ ਸਕੇ ਨੇ। ਇਸ ਵੇਰੀਐਂਟ ਨੂੰ B.1.1.529 ਕਿਹਾ ਜਾ ਰਿਹਾ ਹੈ। ਦੱਖਣੀ ਅਫਰੀਕਾ ਵਿੱਚ ਸੈਂਟਰ ਫਾਰ ਐਪੀਡੈਮਿਕ ਰਿਸਪੌਂਸ ਐਂਡ ਇਨੋਵੇਸ਼ਨ ਦੇ ਡਾਇਰੈਕਟਰ ਪ੍ਰੋਫੈਸਰ ਟੂਲੀਓ ਡੀ ਓਲੀਵੇਰਾ ਕਹਿੰਦੇ ਨੇ ਕਿ ਇਸ ਵਿੱਚ ਬਹੁਤ ਜ਼ਿਆਦਾ ਮਿਊਟੇਸ਼ਨ ਹੈ ਅਤੇ ਇਹ ਹੋਰ ਵੇਰੀਐਂਟ ਤੋਂ ਬਹੁਤ ਵੱਖ ਹੈ। ਉਹਨਾਂ ਨੇ ਕਿਹਾ, ਇਸ ਵੇਰੀਐਂਟ ਨੇ ਸਾਨੂੰ ਹੈਰਾਨ ਕਰ ਦਿੱਤਾ ਹੈ, ਇਹ ਸਾਡੀ ਉਮੀਦਾਂ ਦੇ ਉਲਟ ਬਹੁਤ ਵੱਡਾ ਬਦਲਾਅ ਹੋਇਆ ਹੈ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪ੍ਰੋਫੈਸਰ ਡੀ ਓਲੀਵੇਰਾ ਨੇ ਕਿਹਾ ਕਿ ਇਸ ਵਿੱਚ ਕੁੱਲ ਮਿਲਾ ਕੇ 50 ਮਿਊਟੇਸ਼ਨ ਹੋਏ ਨੇ ਅਤੇ 30 ਤੋਂ ਜ਼ਿਆਦਾ ਮਿਊਟੇਸ਼ਨ ਸਪਾਈਕ ਪ੍ਰੋਟੀਨ ਵਿੱਚ ਹੋਏ ਨੇ। ਜ਼ਿਆਦਾਤਰ ਵੈਕਸੀਨ ਪ੍ਰੋਟੀਨ 'ਤੇ ਹਮਲਾ ਕਰਦੇ ਨੇ ਅਤੇ ਇਹਨਾਂ ਦੇ ਜ਼ਰੀਏ ਵਾਇਰਸ ਵੀ ਸਰੀਰ ਵਿੱਚ ਦਾਖਲ ਹੁੰਦਾ ਹੈ। ਵਾਇਰਸ ਦੇ ਸਾਡੇ ਸਰੀਰ ਦੀਆਂ ਕੋਸ਼ਿਕਾਵਾਂ ਨਾਲ ਸੰਪਰਕ ਬਣਾਉਣ ਵਾਲੇ ਹਿੱਸੇ ਦੀ ਗੱਲ ਕਰੀਏ ਤਾਂ ਇਸ ਵਿੱਚ 10 ਮਿਊਟੇਸ਼ਨ ਹੋਏ ਨੇ, ਜਦਕਿ ਦੁਨੀਆ ਭਰ ਵਿੱਚ ਤਬਾਹੀ ਮਚਾਉਣ ਵਾਲੇ ਡੇਲਟਾ ਵੈਰੀਐਂਟ ਵਿੱਚ 2 ਮਿਊਟੇਸ਼ਨ ਹੋਏ ਸਨ। ਇਸ ਤਰ੍ਹਾਂ ਦਾ ਮਿਊਟੇਸ਼ਨ ਕਿਸੇ ਇੱਕ ਮਰੀਜ਼ ਵਿੱਚ ਹੋਣ ਦੀ ਸੰਭਾਵਨਾ ਹੈ ਜੋ ਵਾਇਰਸ ਨਾਲ ਲੜਨ ਵਿੱਚ ਸਮਰੱਥ ਨਾ ਹੋ ਸਕਿਆ ਹੋਵੇ। ਸਾਰੇ ਮਿਊਟੇਸ਼ਨ ਦਾ ਮਤਲਬ ਇਹ ਨਹੀਂ ਹੁੰਦਾ ਕਿ ਉਹ ਬੁਰੇ ਹੁੰਦੇ ਨੇ, ਪਰ ਦੇਖਣਾ ਜ਼ਰੂਰੀ ਹੈ ਕਿ ਇਸ ਵਿੱਚ ਕੀ ਮਿਊਟੇਸ਼ਨ ਹੋਏ ਨੇ। ਪਰ ਚਿੰਤਾ ਇਸ ਗੱਲ ਦੀ ਹੈ ਕਿ ਵਾਇਰਸ ਚੀਨ ਦੇ ਵੁਹਾਨ ਵਿੱਚ ਮਿਲੇ ਮੂਲ ਵਾਇਰਸ ਤੋਂ ਮੌਲਿਕ ਰੂਪ ਤੋਂ ਵੱਖ ਹੈ। ਇਸ ਦਾ ਮਤਲਬ ਇਹ ਹੈ ਕਿ ਉਸ ਮੂਲ ਵਾਇਰਸ ਨੂੰ ਧਿਆਨ ਵਿੱਚ ਰੱਖ ਕੇ ਬਣਾਈ ਗਈ ਵੈਕਸੀਨ ਇਸ ਵੈਰੀਐਂਟ 'ਤੇ ਸ਼ਾਇਦ ਅਸਰ ਨਾ ਕਰੇ। ਦੂਜੇ ਵੇਰੀਐਂਟ ਵਿੱਚ ਵੀ ਕੁਝ ਮਿਊਟੇਸ਼ਨ ਦੇਖੇ ਗਏ ਨੇ, ਜਿਸ ਨਾਲ ਇਸ ਵੇਰੀਐਂਟ ਵਿੱਚ ਉਸਦੀ ਭੂਮਿਕਾ ਬਾਰੇ ਕੋਈ ਜਾਣਕਾਰੀ ਮਿਲ ਸਕਦੀ ਹੈ। ਜਿਵੇਂ N501Y ਕੋਰੋਨਾ ਵਾਇਰਸ ਦੇ ਫੈਲਣ ਦੇ ਵਿੱਚ ਮਦਦਗਾਰ ਹੁੰਦਾ ਹੈ। ਕੁਝ ਮਿਊਟੇਸ਼ਨ ਅਜਿਹੇ ਵੀ ਹੁੰਦੇ ਨੇ ਜੋ ਐਂਟੀਬਾਡੀ ਦੇ ਲਈ ਵਾਇਰਸ ਨੂੰ ਪਛਾਣਨ ਵਿੱਚ ਮੁਸ਼ਕਲ ਪੈਦਾ ਕਰਦੇ ਨੇ ਅਤੇ ਇਸ ਨਾਲ ਵੈਕਸੀਨ ਦਾ ਅਸਰ ਘੱਟ ਹੋ ਜਾਂਦਾ ਹੈ। ਕੁਝ ਮਿਊਟੇਸ਼ਨ ਬਿਲਕੁਲ ਵੱਖ ਤਰ੍ਹਾਂ ਦੇ ਹੁੰਦੇ ਨੇ। ਦੱਖਣੀ ਅਫਰੀਕਾ ਵਿੱਚ ਯੂਨੀਵਰਸਿਟੀ ਆਫ ਕੁਆਜੁਲੂ ਨਟਾਲ ਵਿੱਚ ਪ੍ਰੋਫੈਸਰ ਰਿਚਰਡ ਲੈਸਲਸ ਕਹਿੰਦੇ ਨੇ, ਸਾਡੀ ਚਿੰਤਾ ਇਹ ਹੈ ਕਿ ਇਸ ਨਾਲ ਵਾਇਰਸ ਦੀ ਇੱਕ ਤੋਂ ਦੂਜੇ ਸ਼ਖਸ ਵਿੱਚ ਫੈਲਣ ਦੀ ਸਮਰੱਥਾ ਵੱਧ ਸਕਦੀ ਹੈ। ਇਹ ਇਮਿਊਨ ਸਿਸਟਮ ਦੇ ਹਿੱਸਿਆਂ ਤੋਂ ਵੀ ਬਚ ਸਕਦਾ ਹੈ। ਵੇਰੀਐਂਟਸ ਦੀਆਂ ਅਜਿਹੀਆਂ ਮਿਸਾਲਾਂ ਵੀ ਨੇ ਜੋ ਕਾਗਜ਼ 'ਤੇ ਤਾਂ ਡਰਾਉਣੇ ਲੱਗਦੇ ਨੇ, ਪਰ ਉਹਨਾਂ ਦਾ ਕੁਝ ਖਾਸ ਅਸਰ ਨਹੀਂ ਹੋਇਆ। ਸਾਲ ਦੀ ਸ਼ੁਰੂਆਤ ਵਿੱਚ ਬੀਟਾ ਵੇਰੀਐਂਟ ਚਿੰਤਾ ਦਾ ਕਾਰਨ ਬਣਿਆ ਸੀ, ਕਿਉਂਕਿ ਇਹ ਇਮਿਊਨ ਸਿਸਟਮ ਤੋਂ ਬਚ ਕੇ ਨਿਕਲਣ ਵਿੱਚ ਜ਼ਿਆਦਾ ਮਾਹਿਰ ਸੀ। ਪਰ ਬਾਅਦ ਵਿੱਚ ਡੇਲਟਾ ਵੇਰੀਐਂਟ ਪੂਰੀ ਦੁਨੀਆ ਵਿੱਚ ਫੈਲ ਗਿਆ ਅਤੇ ਵੱਡੀ ਪਰੇਸ਼ਾਨੀ ਦਾ ਕਾਰਨ ਬਣਿਆ। ਯੂਨੀਵਰਸਿਟੀ ਆਫ ਕੈਂਬਰਿਜ ਦੇ ਪ੍ਰੋਫੈਸਰ ਰਵੀ ਗੁਪਤਾ ਕਹਿੰਦੇ ਨੇ, ਬੀਟਾ ਵੇਰੀਐਂਟ ਇਮਿਊਨ ਸਿਸਟਮ ਤੋਂ ਬਚ ਸਕਦਾ ਸੀ, ਡੇਲਟਾ ਵੇਰੀਐਂਟ ਵਿੱਚ ਲਾਗ ਦੀ ਸਮਰੱਥਾ ਵੱਧ ਸੀ ਅਤੇ ਇਮਿਊਨ ਸਿਸਟਮ ਤੋਂ ਬਚਣ ਦੀ ਥੋੜ੍ਹੀ ਸਮਰੱਥਾ ਵੀ ਸੀ। ਹੁਣ ਨਵੇਂ ਵੇਰੀਐਂਟ ਨੂੰ ਲੈ ਕੇ ਲੈਬਾਂ ਵਿੱਚ ਹੋਣ ਵਾਲੇ ਵਿਗਿਆਨਿਕ ਅਧਿਐਨ ਤਸਵੀਰ ਨੂੰ ਹੋਰ ਸਪਸ਼ਟ ਕਰਨਗੇ, ਪਰ ਅਸਲ ਦੁਨੀਆ ਵਿੱਚ ਵਾਇਰਸ ਦੇ ਅਸਰ ਦੀ ਨਿਗਰਾਨੀ ਤੋਂ ਨਤੀਜੇ ਜਲਦੀ ਮਿਲਣਗੇ। ਹਜੇ ਪੂਰੀ ਤਰ੍ਹਾਂ ਨਤੀਜੇ 'ਤੇ ਪਹੁੰਚਣਾ ਬਹੁਤ ਜਲਦੀ ਹੋਏਗਾ, ਪਰ ਸ਼ੁਰੂਆਤੀ ਸੰਕੇਤ ਇਸ ਨੂੰ ਲੈ ਕੇ ਚਿੰਤਾ ਪੈਦਾ ਕਰਦੇ ਨੇ। ਹਾਲਾਂਕਿ ਇਸ ਗੱਲ ਦੇ ਵੀ ਸੰਕੇਤ ਮਿਲੇ ਨੇ ਕਿ ਇਹ ਵੇਰੀਐਂਟ ਹੋਰ ਤੇਜ਼ੀ ਨਾਲ ਫੈਲਿਆ। ਇਸ ਵੇਰੀਐਂਟ ਦੇ ਸਟੈਂਡਰਡ ਟੈਸਟ ਵਿੱਚ ਅਜੀਬ ਨਤੀਜੇ ਸਾਹਮਣੇ ਆ ਰਹੇ ਨੇ। ਇਹ ਦੱਸਦਾ ਹੈ ਕਿ ਦੱਖਣੀ ਅਫਰੀਕਾ ਦੇ ਗਾਉਟੈਂਗ ਦੇ 90% ਮਾਮਲੇ
ਪਹਿਲਾਂ ਤੋਂ ਹੀ ਇਸ ਵੇਰੀਐਂਟ ਦੇ ਹੋ ਸਕਦੇ ਨੇ। ਇਹ ਦੱਖਣੀ ਅਫਰੀਕਾ ਦੇ ਕਈ ਸੂਬਿਆਂ ਵਿੱਚ ਪਹਿਲਾਂ ਤੋਂ ਹੀ ਮੌਜੂਦ ਹੋ ਸਕਦਾ ਹੈ, ਪਰ ਇਸ ਤੋਂ ਇਹ ਨਹੀਂ ਪਤਾ ਚੱਲਦਾ ਕਿ ਇਹ ਡੇਲਟਾ ਵੇਰੀਐਂਟ ਦੇ ਮੁਕਾਬਲੇ ਤੇਜ਼ੀ ਨਾਲ ਫੈਲ ਸਕਦਾ ਹੈ ਜਾਂ ਨਹੀਂ। ਇਹ ਕਿੰਨਾ ਗੰਭੀਰ ਹੈ ਅਤੇ ਵੈਕਸੀਨ ਨਾਲ ਬਣੇ ਸੁਰੱਖਿਆ ਤੰਤਰ ਤੋਂ ਇਹ ਕਿੰਨਾ ਬਚ ਸਕਦਾ ਹੈ। ਇਸ ਤੋਂ ਇਹ ਵੀ ਨਹੀਂ ਪਤਾ ਚੱਲਦਾ ਕਿ ਇਹ ਵੇਰੀਐਂਟ ਉਹਨਾਂ ਦੇਸ਼ਾਂ ਵਿੱਚ ਕਿੰਨੀ ਤੇਜ਼ੀ ਨਾਲ ਫੈਲੇਗਾ ਜਿਨ੍ਹਾਂ ਦੀ ਵੈਕਸੀਨੇਸ਼ਨ ਦਰ ਦੱਖਣੀ ਅਫਰੀਕਾ ਦੀ 24% ਵੈਕਸੀਨੇਸ਼ਨ ਦਰ ਤੋਂ ਕਿਤੇ ਜ਼ਿਆਦਾ ਹੈ। ਇਸ ਵੇਰੀਐਂਟ ਦੀ ਗੰਭੀਰਤਾ ਨੂੰ ਦੇਖਦੇ ਹੋਏ ਭਾਰਤ ਦੇ ਕੇਂਦਰੀ ਸਿਹਤ ਮੰਤਰਾਲੇ ਨੇ ਵੀਰਵਾਰ ਨੂੰ ਸੂਬਿਆਂ ਨੂੰ ਨਿਰਦੇਸ਼ ਜਾਰੀ ਕੀਤਾ ਹੈ ਕਿ ਉਹ ਦੱਖਣੀ ਅਫਰੀਕਾ, ਹਾਂਗਕਾਂਗ ਅਤੇ ਬੋਤਸਵਾਨਾ ਤੋਂ ਆਉਣ ਜਾਂ ਜਾਣ ਵਾਲੇ ਯਾਤਰੀਆਂ ਦੀ ਸਖ਼ਤੀ ਨਾਲ ਜਾਂਚ ਕਰਨ ਅਤੇ ਪ੍ਰੀਖਣ ਕਰਨ। ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਲਿਖੀ ਇੱਕ ਚਿੱਠੀ ਵਿੱਚ ਕਿਹਾ ਹੈ ਕਿ ਭਾਰਤ ਦੇ ਨੈਸ਼ਨਲ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਨੇ ਸਰਕਾਰ ਨੂੰ ਸੂਚਿਤ ਕੀਤਾ ਹੈ ਕਿ ਬੋਤਸਵਾਨਾ, ਦੱਖਣੀ ਅਫਰੀਕਾ ਅਤੇ ਹਾਂਗਕਾਂਗ ਵਿੱਚ ਨਵੇਂ ਕੋਵਿਡ-19 ਵੇਰੀਐਂਟ B.1.1.529 ਦੇ ਕਈ ਮਾਮਲੇ ਦਰਜ ਕੀਤੇ ਗਏ ਨੇ। ਇਸ ਵੇਰੀਐਂਟ ਦਾ ਮਿਊਟੇਸ਼ਨ ਕਾਫ਼ੀ ਜ਼ਿਆਦਾ ਦੱਸਿਆ ਜਾ ਰਿਹਾ ਹੈ, ਇਸ ਲਈ ਇਹਨਾਂ ਦੇਸ਼ਾਂ ਤੋਂ ਯਾਤਰਾ ਕਰਨ ਵਾਲੇ ਅਤੇ ਟ੍ਰਾਂਜ਼ਿਸ਼ਨ ਫਲਾਈਟ ਲੈਣ ਵਾਲੇ ਸਾਰੇ ਕੌਮਾਂਤਰੀ ਯਾਤਰੀ ਐਟ ਰਿਸਕ ਸ਼੍ਰੇਣੀ ਦਾ ਹਿੱਸਾ ਨੇ ਅਤੇ ਉਹਨਾਂ ਦੀ ਕਰੜੀ ਜਾਂਚ ਅਤੇ ਪ੍ਰੀਖਣ ਕਰਨਾ ਜ਼ਰੂਰੀ ਹੈ। ਸਿਹਤ ਮੰਤਰਾਲੇ ਨੇ ਇਹ ਵੀ ਕਿਹਾ ਕਿ ਜਾਰੀ ਦਿਸ਼ਾ ਨਿਰਦੇਸ਼ਾਂ ਦੇ ਮੁਤਾਬਕ ਇਹਨਾਂ ਕੌਮਾਂਤਰੀ ਯਾਤਰੀਆਂ ਦੇ ਸੰਪਰਕ ਵਿੱਚ ਆਏ ਸਾਰੇ ਲੋਕਾਂ ਨੂੰ ਬਰੀਕੀ ਨਾਲ ਟਰੈਕ ਅਤੇ ਟੈਸਟ ਕੀਤਾ ਜਾਣਾ ਚਾਹੀਦਾ ਹੈ। ਉੱਥੇ ਹੀ ਬ੍ਰਿਟੇਨ ਨੇ ਨਵੇਂ ਵੇਰੀਐਂਟ ਨੂੰ ਲੈ ਕੇ ਸਾਹਮਣੇ ਆ ਰਹੀਆਂ ਚੇਤਾਵਨੀਆਂ ਦੇ ਵਿਚਾਲੇ 6 ਅਫਰੀਕੀ ਦੇਸ਼ਾਂ ਤੋਂ ਆਉਣ ਵਾਲੀਆਂ ਫਲਾਈਟਾਂ 'ਤੇ ਰੋਕ ਲਗਾ ਦਿੱਤੀ ਹੈ। ਫਿਲਹਾਲ ਸਾਡੇ ਸਾਹਮਣੇ ਅਜਿਹਾ ਵੇਰੀਐਂਟ ਹੈ ਜੋ ਸਾਡੀਆਂ ਚਿੰਤਾਵਾਂ ਵਧਾ ਰਿਹਾ ਹੈ, ਪਰ ਸਾਨੂੰ ਉਸ ਦੇ ਬਾਰੇ ਬਹੁਤ ਘੱਟ ਜਾਣਕਾਰੀ ਹੈ। ਇਸ ਵੇਰੀਐਂਟ 'ਤੇ ਨੇੜੇ ਤੋਂ ਨਜ਼ਰ ਰੱਖਣ ਦੀ ਲੋੜ ਹੈ ਅਤੇ ਇਹ ਸੋਚਣ ਦੀ ਲੋੜ ਵੀ ਹੈ ਕਿ ਕਦੋਂ ਕੀ ਕਰਨਾ ਹੈ। ਇਸ ਮਹਾਂਮਾਰੀ ਨੇ ਸਾਨੂੰ ਸਿਖਾਇਆ ਹੈ ਕਿ ਅਸੀਂ ਸਾਰੇ ਸਵਾਲਾਂ ਦੇ ਜਵਾਬ ਮਿਲਣ ਤੱਕ ਦਾ ਇੰਤਜ਼ਾਰ ਨਹੀਂ ਕਰ ਸਕਦੇ।